ਦਾ ਟਾਈਮ ਹਾਲੇ ਦੁਪਹਿਰ ਦੇ 11:30 ਦਾ ਹੈ ਅਤੇ ਉਸ ਤੋਂ ਪਹਿਲਾਂ ਅਸੀਂ ਜਾਵਾਂਗੇ ਲਕਸ਼ਮਣਪੁਰ ਬੀਚ ਵੱਲ। ਇਹ ਹੈਗਾ ਸਾਡਾ ਆਟੋ ਅਤੇ ਆਟੋ ਅਸੀਂ ਹਾਇਰ ਕੀਤਾ ਸੀਗਾ ਇਹਦੇ ਵਾਸਤੇ ਨੀਲ ਆਈਲੈਂਡ ਵਾਸਤੇ, ਔਰ ਹੈਵਲੋਗ 'ਚ ਅਸੀਂ ਸਕੂਟੀਜ਼ ਲਈਆਂ ਸੀਗੀਆਂ ਰੈਂਟ 'ਤੇ। ਇਹ ਹੈ ਲਕਸ਼ਮਣਪੁਰ ਬੀਚ ਵੱਲ, ਬਹੁਤ ਹੀ ਸ਼ਾਂਤ, ਬਹੁਤ ਹੀ ਸੁੰਦਰ, ਬਹੁਤ ਹੀ ਪਿਆਰਾ। ਤੁਸੀਂ ਜਿੰਨਾ ਦੇਖੋ ਓਨਾ ਘੱਟ। ਇੰਨਾ ਸੋਹਣਾ ਬੀਚ, ਤਕਰੀਬਨ ਅੰਡਮਾਨ ਨਿਕੋਬਾਰ ਦੇ ਜਿੰਨੇ ਬੀਚ ਨੇ ਉਹ ਸਾਰੇ ਹੀ ਬਹੁਤ ਖੂਬਸੂਰਤ ਨੇ, ਅਤੇ ਜਿਹੜਾ ਰਾਧਾ ਨਗਰ ਬੀਚ ਹੈ ਉਹਨੂੰ ਅਸੀਂ ਰੇਟਿੰਗ ਦੇ ਵਿੱਚ ਸਭ ਤੋਂ ਟੋਪ 'ਤੇ, ਲਕਸ਼ਮਣਪੁਰ ਬੀਚ ਵੱਲ ਜਿਹੜਾ ਇਹ ਸੈਕਿੰਡ ਨੰਬਰ 'ਤੇ ਨੀਲ ਆਈਲੈਂਡ ਦਾ, ਕਿਉਂਕਿ ਇੱਥੇ ਥੋੜ੍ਹੀ ਐਕਸਪਲੋਟੇਸ਼ਨ ਘੱਟ ਹੈ ਅਤੇ ਇਸ ਕਰਕੇ ਵੀ ਫਰਕ ਹੈ। ਬਿਲਕੁਲ ਸਾਫ਼ ਸੁਥਰਾ ਪਾਣੀ, ਅਤੇ ਲਗਾਤਾਰ ਤੁਸੀਂ ਬੀਚ ਦੇ ਉੱਪਰ ਜਦ ਇੰਨੇ ਦਿਨਾਂ ਦੇ ਘੁੰਮਦੇ ਹੋ ਤਾਂ ਥੋੜ੍ਹਾ ਜਿਹਾ ਤੁਹਾਡਾ ਜਿਹੜਾ ਕਰੇਜ਼ ਆ ਉਹ ਘੱਟ ਵੀ ਜਾਂਦਾ ਲਾਸਟ ਦਿਨ ਪਹੁੰਚਦੇ, ਔਰ ਵਾਪਸੀ ਵਾਸਤੇ ਤਿਆਰ ਹੋ ਕੇ ਨਿਕਲੇ ਸੀ। ਇਸ ਕਰਕੇ ਜ਼ਿਆਦਾ ਐਕਟੀਵਿਟੀਜ਼ ਵਗੈਰਾ 'ਚ ਅਸੀਂ ਨਹੀਂ ਪਾਰਟੀਸਪੇਟ ਕੀਤਾ, ਕਿਉਂਕਿ ਜਾਣ ਤੋਂ ਪਹਿਲਾਂ ਸਾਡੇ ਕੋਲ ਥੋੜ੍ਹਾ ਟਾਈਮ ਸੀ। ਇਸ ਕਰਕੇ ਇਸ ਤਰੀਕੇ ਨਾਲ ਅਸੀਂ ਪਲਾਨ ਕੀਤਾ ਸੀਗਾ ਲਕਸ਼ਮਣਪੁਰ ਬੀਚ ਵੱਲ, ਅਤੇ ਇਸ ਤੋਂ ਪਹਿਲਾਂ ਕਿ ਜੈਟੀ ਪੁਆਇੰਟ 'ਤੇ ਅਸੀਂ ਵਾਪਸ ਜਾਈਏ, ਥੋੜ੍ਹਾ ਬਹੁਤ ਟਾਈਮ ਇੱਥੇ ਅਸੀਂ ਸਪੈਂਡ ਕਰਾਂਗੇ। ਔਰ ਬੀਚ ਦੇ ਵਿੱਚ ਹਰ ਸਮੇਂ ਹੀ ਤੁਸੀਂ ਐਕਟੀਵਿਟੀ 'ਚ ਪਾਰਟੀਸਪੇਟ ਕਰੋ ਜਾਂ ਭਾਗ ਲਵੋ ਕਿਸੇ ਵੀ ਐਕਟੀਵਿਟੀ 'ਚ, ਉਹ ਜ਼ਰੂਰੀ ਨਹੀਂ। ਤੁਸੀਂ ਬੀਚ 'ਤੇ ਬੈਠ ਕੇ ਜਿਹੜਾ ਸਮੁੰਦਰ ਹੈ ਔਰ ਇਹ ਬੀਚ ਦਾ ਨਜ਼ਾਰਾ ਲਓ ਔਰ ਇਹਨੂੰ ਨਿਹਾਰੋ, ਕਿੰਨੀ ਕਿੰਨੀ ਦੇਰ ਲਹਿਰਾਂ ਜਿਹੜੀਆਂ ਆਉਂਦੀਆਂ ਨੇ ਜਾਂਦੀਆਂ ਨੇ, ਆਸੇ ਪਾਸੇ ਦੀ ਖੂਬਸੂਰਤੀ ਨੂੰ ਦੇਖੋ, ਅਤੇ ਇਹ ਵੀ ਇੱਕ ਵੱਖਰਾ ਐਕਸਪੀਰੀਅੰਸ ਹੁੰਦਾ। ਇਸ ਚੀਜ਼ ਨੂੰ ਮੰਨਣਾ ਬਹੁਤ ਜ਼ਰੂਰੀ ਹੈ, ਅਤੇ ਇਸ ਕਰਕੇ ਅਸੀਂ ਆਰਾਮ ਨਾਲ ਸਾਰੀ ਕੁਦਰਤ ਦਾ ਨਜ਼ਾਰਾ ਦੇਖ ਰਹੇ ਹਾਂ। ਦੂਰ ਬੱਦਲ ਆਸਮਾਨ 'ਚ, ਰੰਗ ਦੇਖੋ ਪਾਣੀ ਦਾ ਕਿੰਨਾ ਸਾਫ਼, ਅਲੱਗ ਅਲੱਗ ਲੇਅਰਸ ਜਿਹੜੀਆਂ ਨੇ, ਪਾਣੀ ਆਉਂਦਾ ਹੈ ਵਾਪਸ ਜਾਂਦਾ ਹੈ, ਕੁਦਰਤ ਦਾ ਇਸ ਤੋਂ ਖੂਬਸੂਰਤ ਨਜ਼ਾਰਾ ਹੋਰ ਨਹੀਂ ਹੋ ਸਕਦਾ। ਬੀਚ ਤੋਂ ਸਾਡੀ ਵਾਪਸੀ ਦਾ ਆਲਮੋਸਟ ਟਾਈਮ ਹੋ ਚੁੱਕਿਆ, ਕਿਉਂਕਿ ਫੈਰੀ ਔਨ ਟਾਈਮ ਆਉਂਦੀ ਹੈ, ਅਤੇ ਅਸੀਂ ਵਾਪਸੀ 'ਤੇ ਨਾਰੀਅਲ ਪਾਣੀ ਲੈ ਕੇ ਜਾਵਾਂਗੇ। ਇੱਥੇ ਰੇਟ ਜਿਹੜਾ ਹੈਗਾ 30 ਰੁਪੀਸ ਸੀਗਾ, ਬਾਕੀ ਜਗ੍ਹਾ 40, ਅਤੇ ਕਿਤੇ ਕਿਤੇ 25 ਵੀ ਹੈ ਫਰੈਸ਼ ਜਿਹੜਾ ਕੋਕੋਨਟ ਹੈ। ਅਤੇ ਪਾਣੀ ਅਤੇ ਸਾਰੇ ਨਜ਼ਾਰੇ ਲੈ ਕੇ ਅਸੀਂ ਵਾਪਸ ਜੈਟੀ ਪੁਆਇੰਟ 'ਤੇ ਪਹੁੰਚ ਗਏ। ਨੀਲ ਦੀ ਯਾਦਾਂ ਜਿਹੜੀਆਂ ਨੇ ਸਾਡੇ ਨਾਲ ਰਹਿਣਗੀਆਂ ਹਮੇਸ਼ਾ। ਸਭ ਤੋਂ ਬੈਸਟ ਪਾਰਟ ਜਿਹੜਾ ਸੀਗਾ ਉਹ ਹੈਗਾ ਕੋਰਲ ਬੀਚ, ਹਾਵੜਾ ਬ੍ਰਿਜ, ਲਕਸ਼ਮਣਪੁਰ ਬੀਚ 2 ਬੈਸਟ ਪਾਰਟ, ਸੀਤਾਪੁਰ ਬੀਚ ਇੰਨਾ ਖਾਸ ਨਹੀਂ ਲੱਗਿਆ ਸਾਨੂੰ, ਅਤੇ ਲਕਸ਼ਮਣਪੁਰ ਬੀਚ 1 ਬਹੁਤ ਹੀ ਸੋਹਣਾ। ਤੁਸੀਂ ਪਾਣੀ ਦਾ ਕਲਰ ਜਾਂਦੇ ਜਾਂਦੇ ਵੀ ਨਿਹਾਰੋ, ਉੱਪਰ ਆਸਮਾਨ ਅਤੇ ਨੀਚੇ ਨੀਲਾ ਪਾਣੀ। ਬਾਏ ਬਾਏ ਨੀਲ। ਅੱਛਾ ਇਹ ਹੈ ਫੈਰੀ, ਜਿਸ ਤਰ੍ਹਾਂ ਮੈਂ ਦੱਸਿਆ ਸੀਗਾ ਨੋਟਿਕਾ ਮੈਕਰੂਨ ਗ੍ਰੀਨ ਓਸ਼ੀਅਨ ਇਹ ਹੈ। ਇਹ ਦੇਖੋ ਜੇ ਤੁਹਾਨੂੰ ਕਲੋਜ਼ਲੀ ਮੈਂ ਦਿਖਾ ਰਿਹਾ, ਇਹ ਨੋਟਿਕਾ ਦਾ ਨਿਚਲਾ ਹਿੱਸਾ, ਅਤੇ ਤੁਹਾਨੂੰ ਜਰਕਸ ਕਿਉਂ ਨਹੀਂ ਮਹਿਸੂਸ ਹੁੰਦੇ ਇਹਦੀ ਬਣਤਰ ਤੁਸੀਂ ਦੇਖ ਸਕਦੇ ਹੋ। ਅੱਗੇ ਤੋਂ ਬਹੁਤ ਤਿੱਖੀਆਂ ਜਿਹੜੀਆਂ ਦੀਆਂ ਨੋਕ ਟਾਈਪ ਦੀ
ਜਿਹੜੀ ਕੰਸਟਰਕਸ਼ਨ ਹੋਈ ਹੋਈ ਹੈ ਇਹਦੇ ਕਰਕੇ ਪਾਣੀ ਨੂੰ ਚੀਰਦੇ ਹੋਏ ਜਾਂਦਾ। ਇਹਦੀ ਸਪੀਡ ਵੀ ਤੇਜ਼ ਹੈ, ਇਹ ਸੇਮ ਹੀ ਨਵਾਂ ਇਹ ਲੇਟੈਸਟ ਜਿਹੜੀਆਂ ਫੈਰੀਜ਼ ਨੇ ਇੱਥੋਂ ਇਹ ਜਾਣਗੀਆਂ ਪੋਰਟਲੇਅਰ ਵਾਸਤੇ। ਮਾਡਲ ਸੇਮ ਹੈ, ਬੇਸਿਕ ਮਾਡਲ। ਅਤੇ ਸਾਡਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਫੈਰੀਸ ਤੋਂ, ਜਿਸ ਤਰ੍ਹਾਂ ਸਾਨੂੰ ਡਰ ਸੀ ਵੀ ਸੀ ਸਿਕਨੈਸ ਹੋਊਗੀ, ਵੋਮਿਟ ਟਾਈਪ ਜਾਂ ਕੁਛ ਇਸ ਤਰ੍ਹਾਂ ਦਾ, ਇੰਨੀ ਕੰਫਰਟੇਬਲ ਰਾਈਡ ਹੁੰਦੀ ਹੈ, ਲੱਗਦਾ ਹੀ ਨਹੀਂ ਆ ਵੀ ਤੁਸੀਂ ਇੱਕਦਮ ਸਮੁੰਦਰ ਦੇ ਵਿੱਚ ਸਫ਼ਰ ਕਰ ਰਹੇ ਹੋ। ਬੜ ਗਈ ਸਪੀਡ। ਆਵਾਜ਼ ਤੋਂ ਪਤਾ ਲੱਗ ਰਿਹਾ ਇੱਕ ਵਾਰ ਫਿਰ ਤੁਹਾਨੂੰ ਮੈਂ ਕਰੂਜ਼ ਦੇ ਅੰਦਰ ਦਾ ਮੈਂ ਦਿਖਾ ਦਿੰਦਾ ਇਸ ਤਰ੍ਹਾਂ ਦਾ ਹੁੰਦਾ। ਸਾਡੀ ਤਿੰਨੋਂ ਹੀ ਜਿਹੜੀ ਰਾਈਡ ਸੀਗੀਆਂ, ਮਕਰੂਜ਼ ਸੈਕਿੰਡ ਟਾਈਮ, ਮਕਰੂਜ਼ ਗੋਲਡ, ਇਹ ਮਕਰੂਜ਼ ਗੋਲਡ, ਅਤੇ ਵਿੰਡੋ ਦੇ ਕੋਲ ਵਾਲੀਆਂ ਦੋ ਜਿਹੜੀਆਂ ਹੈਗੀਆਂ ਨੇ ਰੋਜ਼, ਉਹ ਵਿੰਡੋ ਦੇ ਕੋਲ ਹੁੰਦੀਆਂ ਨੇ, ਅਤੇ ਇੱਕ ਸੈਂਟਰ ਦੇ ਵਿੱਚ ਹੁੰਦੀ ਹੈ ਜਿਹਦੇ ਚਾਰ ਚੇਅਰਸ ਜਿਹੜੀਆਂ ਨੇ ਸੈਂਟਰ, ਪੰਜ ਪੰਜ ਚੇਅਰਸ ਸੈਂਟਰ 'ਚ, ਅਤੇ ਤਿੰਨ ਜਿਹੜੀਆਂ ਹੁੰਦੀਆਂ ਨੇ ਸਾਈਡਸ 'ਤੇ। ਇਸ ਤਰੀਕੇ ਦਾ ਇਹਦਾ ਸੈਟਅਪ ਹੁੰਦਾ। ਇਹ ਇਹਦਾ ਫਰੰਟ ਹੈ, ਫਰੰਟ ਵਾਲਾ ਹਿੱਸਾ, ਅਤੇ ਤੁਹਾਨੂੰ ਐਂਟਰਟੇਨਮੈਂਟ ਵਾਸਤੇ ਸਾਰਾ ਟਾਈਮ ਗਾਣੇ ਵਗੈਰਾ ਇੱਥੇ ਚੱਲਦੇ ਰਹਿੰਦੇ ਨੇ। ਇਹਦੇ ਵਿੱਚ ਸਫ਼ਰ ਦਾ ਵੀ ਇੱਕ ਆਪਣਾ ਹੀ ਐਕਸਪੀਰੀਅੰਸ, ਆਨੰਦ ਜਿਹੜਾ ਆਪਾਂ ਨੂੰ ਲੈਣ 'ਤੇ ਕਦੇ ਦੇਖਣ ਨੂੰ ਜਾਂ ਕਰਨ ਨੂੰ ਨਹੀਂ ਮਿਲਦਾ, ਔਰ ਹੋ ਸਕਦਾ ਹੈ ਦੁਬਾਰਾ ਪਤਾ ਨਹੀਂ ਕਿੰਨੀ ਦੇਰ ਬਾਅਦ ਤੁਹਾਨੂੰ ਆਉਣਾ ਪਵੇ। ਦੇਖੋ ਕਿੰਨਾ ਡੂੰਘਾ, ਦੂਰ ਦੂਰ ਤੱਕ ਸਮੁੰਦਰ, ਤੁਹਾਡੇ ਹੱਥ 'ਚ ਚਾਹ, ਅਤੇ ਚਾਹ ਤਾਂ ਪੰਜਾਬੀ ਇਸ ਤੋਂ ਬਿਨਾਂ ਰਹਿ ਨਹੀਂ ਸਕਦੇ। ਚਾਹ ਤਾਂ ਤੁਹਾਨੂੰ ਹਮੇਸ਼ਾ ਚਾਹੀਦੀ ਹੈ, ਚਾਹੇ ਤੁਸੀਂ ਕਿਤੇ ਵੀ ਚਲੇ ਜਾਓ। ਪਹੁੰਚਣ ਵਾਲੇ ਹਾਂ ਅਸੀਂ ਪੋਰਟ ਬਲੇਅਰ ਦੇ ਡੌਕਯਾਰਡ 'ਤੇ। ਇੱਥੋਂ ਜਿਹੜੀਆਂ ਚੇਨਈ ਤੋਂ, ਵਿਸ਼ਾਖਾਪਟਨਮ ਤੋਂ ਅਤੇ ਹੋਰ ਬਾਕੀ ਜਗ੍ਹਾ ਤੋਂ ਜਿਹੜੇ ਵੀ ਵੱਡੇ ਵੱਡੇ ਕਰੂਜ਼ ਸ਼ਿਪ ਆਉਂਦੇ ਨੇ, ਉਹ ਇੱਥੇ ਹੀ ਇਸ ਡੌਕਯਾਰਡ ਦੇ ਉੱਪਰ ਇਹ ਲਗਾਉਂਦੇ ਨੇ, ਲੰਗਰ ਲਗਾਉਂਦੇ ਨੇ। ਫੈਰੀਸ ਜਿਹੜੀਆਂ ਉਸ ਥੋੜ੍ਹਾ ਸਾਈਡ 'ਤੇ ਲੱਗਦੀਆਂ ਨੇ,
ਅਤੇ ਇਹ ਬੜੇ ਵੱਡੇ ਵਾਲੇ ਸ਼ਿਪ ਨੇ, ਇਹ ਥੋੜ੍ਹੇ ਅਲੱਗ ਤਰ੍ਹਾਂ ਦੇ ਜਗ੍ਹਾ 'ਤੇ ਜਾਂਦੇ ਨੇ। ਹੁਣ ਤੁਸੀਂ ਇਹ ਲਗਾਓ ਵੀ 3 ਦਿਨ ਦੀ ਜਿਹੜੀ ਆਈਲੈਂਡ ਦੀ ਯਾਤਰਾ, 4 ਦਿਨ ਦੀ ਯਾਤਰਾ ਤੋਂ ਬਾਅਦ ਤੁਸੀਂ ਦੁਬਾਰਾ ਫੇਰ ਧਰਤੀ ਦੇ ਨਾਲ ਜੁੜਦੇ ਹੋ, ਅਤੇ ਇਸ ਤੋਂ ਬਾਅਦ ਤੁਹਾਡੀ ਜਿਹੜੀ ਹੈ ਜਰਨੀ ਉਹ ਬਾਈ ਏਅਰ ਫਲਾਈਟ ਦੇ ਥਰੂ, ਅਤੇ ਇਹ ਜਿਹੜੀ ਪਾਣੀਆਂ ਦੇ ਵਿੱਚ ਸਾਡੀ ਲਾਸਟ ਜਿਹੜੀ ਰਾਈਡ ਹੈਗੀ ਆ ਨੀਲ ਟੂ ਪੋਰਟ ਬਲੇਅਰ। ਅੱਜ ਦਾ ਦਿਨ ਦੀ ਜਿਹੜੀ ਸਾਡੀ ਪਲਾਨਿੰਗ ਇਹ ਹੈ, ਅੱਜ ਅਸੀਂ ਰੋਸ ਆਈਲੈਂਡ ਸਾਡਾ ਮਿਸ ਹੋ ਗਿਆ ਸੀ, ਫਸਟ ਡੇ ਟਾਈਮ ਨਹੀਂ ਸੀ, ਅਤੇ ਰੋਸ ਆਈਲੈਂਡ ਦੇਖਣਾ, ਮਿਊਜ਼ੀਅਮ ਦੇਖ ਸਕਦੇ ਹੋ, ਮਿਊਜ਼ੀਅਮ ਜਿਹੜੇ ਆਰਕਿਓਲੋਜੀਕਲ ਡਿਪਾਰਟਮੈਂਟ ਦੇ ਮਿਊਜ਼ੀਅਮ ਨੇ, ਅਤੇ ਉਸ ਤੋਂ ਬਾਅਦ ਇੱਕ ਸਮੁੰਦਰਿਕਾ ਹੈ ਕੋਸਟਲ ਗਾਰਡ ਦਾ ਜਿਹੜਾ ਬਣਾਇਆ ਹੋਇਆ ਉਹ ਹੈ, ਅਤੇ ਸ਼ਾਮ ਦਾ ਅਸੀਂ ਨੇ ਬਣਾਇਆ ਰੋਸ ਆਈਲੈਂਡ। ਰੋਸ ਆਈਲੈਂਡ ਨੂੰ ਸਭ ਤੋਂ ਲਾਸਟ ਜਿਹੜਾ ਲਾਈਟ ਐਂਡ ਸਾਊਂਡ ਸ਼ੋਅ ਹੈ ਉਹਦੀ ਜਿਹੜੀ ਫੈਰੀਜ਼ ਹੈ ਉਹ ਜਾਂਦੀਆਂ ਨੇ 4 ਵਜੇ, ਉਹ 4 ਵਜੇ ਸਪੈਸ਼ਲ ਤੁਹਾਨੂੰ ਲੈ ਕੇ ਜਾਏਗੀ। ਟਿਕਟਸ ਜਿਹੜੇ ਹੈਗੇ ਨੇ ਉਹ ਹੈਗੇ 300 ਰੁਪਏ ਲਾਈਟ ਐਂਡ ਸਾਊਂਡ ਸ਼ੋਅ ਦਾ, 375 ਰੁਪਏ ਰਾਈਡ ਦਾ ਹੈ, ਅਤੇ ਉਹ 2 ਬੈਚ ਜਾਂਦੇ ਨੇ, ਉਸ ਤੋਂ ਵੱਧ ਨਹੀਂ ਲੈ ਕੇ ਜਾਂਦੇ। ਅਤੇ ਨੋਰਮਲ ਜੇ ਤੁਸੀਂ ਰੋਸ ਆਈਲੈਂਡ 'ਤੇ ਜਾਣਾ ਉਹਦੇ ਚਾਰਜਸ 375 ਰੁਪਏ ਪਰ ਹੈੱਡ ਹੈਗੇ ਆ, ਲੇਕਿਨ ਬਾਕੀ ਦਿਨ ਦੇ ਵਿੱਚ ਜਿਹੜੀ ਹੈਗੀਆਂ ਉਹ ਤੁਹਾਨੂੰ ਸਿਰਫ ਰੋਸ ਆਈਲੈਂਡ ਜਾ ਕੇ ਵਾਪਸ ਆਉਣਾ, ਜਿਹੜੀ ਸ਼ਾਮ ਦੀ ਟਿਕਟ ਹੈ ਇਹਦੇ 'ਚ ਲਾਈਟ ਐਂਡ ਸਾਊਂਡ ਸ਼ੋਅ ਇੰਕਲੂਡਡ ਹੁੰਦਾ। ਇਹ ਤੁਹਾਨੂੰ ਔਨਲਾਈਨ ਬੁਕਿੰਗ ਤੋਂ ਮਿਲੇਗਾ, ਔਰ ਔਨਲਾਈਨ ਬੁਕਿੰਗ ਦਾ ਟਿਕਟ ਦਿਖਾ ਕੇ ਹੀ ਤੁਹਾਨੂੰ ਜਿਹੜੀ ਜੈਟੀ ਹੈ ਉਹ ਲੈ ਕੇ ਜਾਏਗੀ ਰੋਸ ਆਈਲੈਂਡ। ਅਸੀਂ ਦੇਖ ਲਿਆ ਆਰਕੀਓਲੋਜੀਕਲ ਡਿਪਾਰਟਮੈਂਟ ਦਾ ਮਿਊਜ਼ੀਅਮ, ਅਤੇ ਫੋਟੋਗ੍ਰਾਫੀ ਉੱਥੇ ਅਲਾਊਡ ਨਹੀਂ, ਇਸ ਕਰਕੇ ਉਸਦੀ ਫੁਟੇਜ ਇੱਥੇ ਸ਼ੇਅਰ ਨਹੀਂ ਕਰ ਸਕਦੇ। ਅਤੇ ਅੱਛਾ ਬਣਿਆ ਹੋਇਆ, ਜੋ ਵੀ ਇੱਥੇ ਉਹਨਾਂ ਦੀ ਆਦਿਵਾਸੀ ਹੈਗੇ ਉਹਨਾਂ ਦੀ ਲਾਈਫ ਦੇ ਉੱਪਰ ਉਹ ਕੀ ਇੰਸਟਰੂਮੈਂਟਸ ਯੂਜ਼ ਕਰਦੇ ਨੇ, ਕਿਸ ਤਰ੍ਹਾਂ ਦਾ ਉਹਨਾਂ ਦਾ ਰਹਿਣ ਸਹਿਣ ਆ, ਉਹ ਸਾਰਾ ਇਹਦੇ 'ਚ ਦਿਖਾਇਆ ਗਿਆ, ਤੁਹਾਨੂੰ ਜ਼ਰੂਰ ਦੇਖਣਾ ਚਾਹੀਦਾ ਇੱਥੇ ਆ ਕੇ। ਅਤੇ ਹੁਣ ਅਸੀਂ ਜਾ ਰਹੇ ਹਾਂ ਰੋਸ ਆਈਲੈਂਡ ਵਾਸਤੇ ਜੈਟੀ ਪੁਆਇੰਟ 'ਤੇ, ਅਤੇ ਇਹਦੀ ਟਿਕਟਸ ਅਸੀਂ ਔਨਲਾਈਨ ਬੁੱਕ ਕਰ ਲਈਆਂ ਸੀਗੀਆਂ, ਅਤੇ ਹੁਣ ਉਸ ਤੋਂ ਬਾਅਦ ਅਸੀਂ ਰੋਸ ਆਈਲੈਂਡ ਦਾ ਜਿਹੜਾ ਲਾਸਟ ਡੇ ਦੀ ਇਵੈਂਟ ਹੈ ਉਹ ਰੋਸ ਆਈਲੈਂਡ ਜਿਹੜਾ ਮੇਨ ਹੈ ਕਾ ਪਾਣੀ ਦਾ, ਜਿੱਥੇ ਇਹਨਾਂ ਨੇ ਆਪਣੇ ਆਫਿਸ ਵਗੈਰਾ ਬਣਾਏ ਹੋਏ ਸੀ ਬ੍ਰਿਟਿਸ਼ ਆਰਮੀ ਨੇ, ਇਹ ਹੈ ਜੀ ਗੁਰਦੁਆਰਾ ਸਾਹਿਬ ਪੁਲਿਸ ਦਾ ਅੰਡੇਮਾਨ ਨਿਕੋਬਾਰ ਦਾ ਪੋਰਟ ਪਲੇਅਰ 'ਚ 2 ਗੁਰਦੁਆਰਾ ਸਾਹਿਬ ਨੇ, ਇੱਕ ਸ਼ਹੀਦ ਭਾਈ ਕਾਲੇ ਪਾਣੀ ਦੀਵਾਨ ਸਿੰਘ ਕਾਲੇ ਪਾਣੀ, ਅਤੇ ਇੱਕ ਪੁਲਿਸ ਗੁਰਦੁਆਰਾ ਸਾਹਿਬ। ਇਹ ਇੱਥੇ ਦਾ ਮੇਨ ਘੰਟਾ ਘਰ ਪੋਰਟ ਬਲੇਅਰ ਦਾ, ਇਸ ਤੋਂ ਬਾਅਦ ਸੈਲੂਲਰ ਜੇਲ ਦੇ ਅੱਗੋਂ ਦੀ ਹੀ ਆਪਾਂ ਜਾਵਾਂਗੇ ਜੈਟੀ ਪੁਆਇੰਟ ਵਾਸਤੇ। ਇਹ ਆ ਗਿਆ ਸੈਲੂਲਰ ਜੇਲ ਆਪਾਂ ਫਸਟ ਡੇ ਕਵਰ ਕਰ ਲਿਆ ਸੀ। ਸੁਨਾਮੀ ਸਮਾਰਕ, ਇਹ 2004 ਮੇਂ ਜੋ ਸੁਨਾਮੀ ਆਈ ਥੀ ਉਸਕੇ ਬਾਅਦ ਇਹ ਮੈਮੋਰੀਅਲ ਬਣਾ ਹੈ।
रॉस आइलैंड के लिए आपको यहाँ से फेरी लेना पड़ेगा। वो सामने रॉस आइलैंड नजर आ रहा है, तो शाम 4 बजे यहाँ से जाएगा फेरी। लाइट एंड साउंड शो। ये जो एबरडीन जेटी पॉइंट है पोर्ट ब्लेयर पे, इतने एक स्टैचू भी लगा है लेट प्राइम मिनिस्टर ऑफ इंडिया राजीव गांधी का। ये जो स्टैचू तुम देख रहे हो ये है राजीव गांधी स्टैचू एट एबरडीन जेटी पोर्ट ब्लेयर। तो ये जी नैक्सट वाली फुटेज है ये असी फेरी तो फेरी के बना रहे हैं जी रॉस आइलैंड लैके जाती है। 2 बैचस के लैके जाएंगे तो उ बैच वापस आएंगे। फस्ट बैच में फस्ट बैच के नाल लैके आएंगे, कोई आपस के इंटरचेंज नहीं करते। तो सैकेंड बैच जोड़ा है वो एज इट इज सैकेंड बैच के नाल ही आऊगा आफ्टर लाइट एंड साउंड शो। तो शाम इतरा जोड़ा जल्दी हो जाता, तकरीबन 5 बजे सनसैट हो जाता। तो ऑलमोस्ट थोड़े को सिर्फ अद्धा का घंटा ही होंगे रॉस आइलैंड देखने का। जो कला रॉस आइलैंड देखना तो तुम दिन के ट्रैवल कर सकते हो क्योंकि उस समय लाइट अच्छी होंगी है, पर साढ़े को टाइम कंस्टेंट से और असी लाइट एंड साउंड शो देखना से, इस करके असी प्रैफर किया 4 बजे वाला। ऑलमोस्ट जोड़ा है देखो डार्कनैस थोड़ी थोड़ी तो फील होने लग गई, टाइम जोड़ा है बहुत छेती छेती इतने सनसैट होंगे। ये है रॉस आइलैंड एंटर कर रहे हैं जी। ये है जापानी बंकर, जापानिया ने बहुत पंगा पाया, जापान के बहुत बंकर ने इतने सारे ही पोर्ट आसे पास। एक अपने कोर्बन बीच को बीच से दिखाया सब तो पहला। हाँ 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 फिर ही जाते हैं। रॉस आइलैंड का एक जो खास है भी इतने जी डीयर ने वो तो बिल्कुल नॉर्मल विचरते हुए घूमते हुए दिख जाएंगे। हमने ई कार्ट यहाँ पर रेंट पे ली है, ई कार्ट का जो चार्जेस है 640 है व्हीकल जो है बैटरी ऑपरेटेड वो हायर कर सकते हैं जहाँ जा सकते हैं 8% के लिए 640 पर है 80 रुपीस या तो सही आपको पूरा बैच है तो 640 के बैच के नाल जा सकते हैं रॉस आइलैंड का टूर या फिर किसी के शेयर कर सकते। ये सारी हिस्ट्री इतने अलग अलग जगह पर दसी हुई है। राशन का दुकान अच्छा और सरोज जो देख रहा है ना ये था प्रिंटिंग प्रेस, इसके बगल में वो था पावर हाउस। पावर हाउस का पीछे सर एक स्विमिंग पूल था जो अब यूज नहीं करता है सर, ब्रिटिश टाइम का था सर। और सर सामने जो व्हाइट बिल्डिंग दिख रहा है ना सर, ये सर ब्रिटिश टाइम का बेकरी था ये वाला। अभी इसको लाइट एंड साउंड शो साथ यूज करता है बेकरी। हाँ सो शाम को 5:45 को सर इधर ही शो होता है, यहाँ लाइट एंड साउंड शो होगा शाम को। वो दीवार पे होता है। रेजिडेंस ऑफ कर्नल एडिसन सप्लाई ऑफिसर भाई नारियल पे सर। ओके सर, ये जो रोड देख रहा है ना हाँ जी, इसका ऊपर का हिस्सा में सर इंडियन मार्केट हुआ करता था ब्रिटिश टाइम में। और सर वो जो रेड कलर का घर देख रहा है ना सर, ये सर अंडमान का पहला पोस्ट ऑफिस था सर। ओके ये रेड कलर का जो बिल्डिंग है ये पोस्ट ऑफिस था पहले ब्रिटिश टाइम का। ये रेड रेड कलर का हट सर, सब कुछ राइट आइलैंड। हाँ हाँ ये है रेड वाला। और
सर ये जो दिख रहा है ना, ये सर ब्रिटिश टाइम का क्लब था सर, सबोर्डिनेंस क्लब। ये यहाँ फोटो लेनी है। और सर सामने जो देख रहे हैं ना, ये वाला था चर्च, 1840 में बना था सर चर्च को। 1840 में बना हुआ चर्च है। आप लोग रिटर्न टाइम कोई भी जगह अच्छा लगे फोटो लेना है बोल देना। हाँ, ये रूप से वापस आएगा सर। ठीक। हाँ ये सर अंडमान का पहला जेल था सर। पहला जेल? हाँ, वो दो नंबर जेल था, बाइपर आइलैंड। बल्ले बल्ले बल्ले। ये कितना छोटा छोटा, तीन नंबर जेल था, आप लोग देखा होगा पॉपुलर में सैलून। कितने छोटे सेल है यहाँ? और सर ये जो देख रहे हैं ना, ये का कमिश्नर बंगला सर, अभी इसका सीरी बसा है, बाकी सब टूट गया सुनामी का टाइम में। नीचे देख रहे हैं ना, ये सर अभी का पावर हाउस है, ये आइलैंड का सारा सप्लाई सर अभी इधर से जाता है। अभी का बनाया है पावर हाउस। ये क्या है? और सर ऐसे नीचे दिख रहा है ना, ये सर मेस था, सोल्जर मेस, सोल्जर लोगों का खाना पीना इधर बनता था सर। सिपाहियों का मेस था खाने वाला, खाने के लिए। ये सब पैदल तो नहीं जाता होगा, ये भी कुछ जाता होगा। हाँ सर, जो लोग यहाँ पे उस टाइम होगा, ये भी मतलब पैदल तो नहीं जाता होगा, पता नहीं सर वो टाइम में क्या दूर आएंगे। और सर ये जो सामने देख रहे हैं ना, ये था ट्रूप्स बैरक, इधर सर 165 सोल्जर लोग रहता था सर। ये वाला भी टूट गया था, बाकी का था रिपेयरिंग करा है सर। और जो आगे का पहला ओरिजिनल वाला आप लोग सामने, मोर ये पीहन, पीहन भी है इधर से लेके सर पूरा लश्कर, ये पीहन, पीहन पीहन मोरनी है, ये मोरनी है। ट्रूप्स कितनी सोनी है, सर अभी हम लोग सी लेवल से 200 के टाइप में हो सर। और सर आगे सर नीचे एक लाइट हाउस है, ये आइलैंड का सबसे अच्छा व्यू पॉइंट है, आप लोग जाके 10 से 15 मिनट में देख के आ जाएगा। ठीक है। और सर रिटर्न टाइम अगर हम इधर खड़ा रहेगा तो आप लोग को हमें लेके जाएगा। और इधर हम नहीं रहने से भी आप लोग कोई भी घर में जा सकते हैं। मेरा गाड़ी नंबर 1 है सर। और सर ये लाइट हाउस देखो नॉटिका, ऐसे आए जैसे लगता है। पहला सनसेट है हमारा। रात को तो बंदा मर जाएगा यहाँ पे, मैं अकेला तो हॉन्टेड प्लेस ही लग रहा है यार। ये जो बैरक है ना, ये सोल्जर्स की बैरक बताई थी आपने, है भैया सोल्जर्स का बैरक। हाँ लेंगे ना।
ये हिरन नशी लग के इन्होंने तोड़ दिए होंगे ताकि चलो एक चीज तो रहे यहाँ पे रॉस आइलैंड के जिहड़ा तकरीबन 20% टूरिस्ट देखने वास्ते अलाउड है, बाकी जिहड़ा हैगा नॉट एक्सेसिबल है, उन्होंने प्रोटेक्टिव रखा गया है। तो जिहड़ा लाइट एंड साउंड शो है वो मैं नैक्सट ब्लॉग के कंप्लीट अपलोड करूँगा, वो वास्ते क्योंकि हम टाइम ज़्यादा हो जाएगा इस करके मैं हूँ नहीं अपलोड कर रहा। नैक्सट ब्लॉग तुम देखियो लाइट एंड साउंड शो रॉस आइलैंड। थैंक यू।